ਕਿਸਾਨੀ ਅੰਦੋਲਨ ਦੇ ਵਿੱਚ ਆਪਣੇ ਰੰਗ ਜਿਹੜੇ ਨੇ ਉਹ ਪੇਸ਼ ਕਰਦੇ ਹੋਏ ਕਈ ਕਲਾਕਾਰ ਪਹੁੰਚਦੇ ਨੇ, ਕਈ ਗੀਤਕਾਰ ਪਹੁੰਚਦੇ ਨੇ, ਉੱਥੇ ਹੀ ਵਿੱਦਿਆ ਦੇ ਖੇਤਰ ਵਿੱਚ ਵੱਡਾ ਰੁਤਬਾ ਹਾਸਲ ਕਰਨ ਵਾਲੇ ਬਾਬਾ ਬਲਕੌਰ ਸਿੰਘ ਸ਼ੰਭੂ ਬਾਰਡਰ ਉੱਪਰ ਪਹੁੰਚੇ ਹੈ। ਕਿਵੇਂ ਇਹ ਪੂਰਾ ਸਨੈਰੀਓ ਦੇਖਦੇ ਆ ਔਰ ਇਹਨਾਂ ਦੀ ਜਿਹੜੀ ਵਿੱਦਿਆ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ, ਔਰ ਤਜਰਬਾ ਕੀ ਕਹਿੰਦਾ ਹੈ ਕਿ ਕਿਸਾਨ ਜਿਹੜੇ ਨੇ ਉਹ ਅੱਗੇ ਵੱਧਦੇ ਨੇ ਜਾਂ ਫਿਰ ਸਟ੍ਰੈਟਜੀ ਕੀ ਬਣਾਉਣੀ ਚਾਹੀਦੀ ਹੈ। ਔਰ ਅੰਮ੍ਰਿਤਸਰ ਦੀ ਪਵਿੱਤਰ ਧਰਤੀ, ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ, ਇੱਕ ਪਰੰਪਰਾ ਦੀ ਸ਼ੁਰੂਆਤ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ, ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ। ਨਾਂਦੇੜ ਯਾਨੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ, ਸਾਡਾ ਬੇਟਾ ਹੈ ਭਗਵੰਤ ਮਾਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ ਬੇਟੇ ਦਾ ਫਰਜ਼ ਨਿਭਾਇਆ ਹੈ। ਦੀ ਜਿਹੜੀ ਗਰੰਟੀ ਆ ਜਾਂ ਫਿਰ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਕਮਿਸ਼ਨ, ਉਹ ਸਾਰਾ ਕੁਛ ਹੀ ਕਿਵੇਂ ਦੇਖਦੇ ਆ ਬਾਪੂ ਜੀ, ਸਾਰਾ ਕੁਛ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਸੱਤਵਾਂ ਦਿਨ ਹੈ ਅੰਦੋਲਨ ਦਾ, 11 ਤਰੀਕ ਤੋਂ ਪਹਿਲਾਂ ਹੀ ਇਹਨਾਂ ਨੇ ਜਿਹੜੇ ਬੈਰੀਕੇਡਿੰਗ ਕਰਤੀ ਸੀਗੀ, ਔਰ ਹੁਣ ਕਿਸਾਨ ਇੱਥੇ ਡਟੇ ਹੋਏ ਹੈ, ਕੀ ਸਟ੍ਰੈਟਜੀ ਬਣਾਉਣਗੇ ਜਿਹੜਾ ਅੱਗੇ ਵੱਧ ਸਕਣ? ਦੇਖੋ ਬੇਟਾ, ਪਹਿਲੀ ਗੱਲ ਤਾਂ ਥੋੜ੍ਹੀ ਜਿਹੀ ਵਧਾਈ ਦੇ ਪਾਤਰੋਂ ਕਿ ਤੁਸੀਂ ਡਟੇ ਹੋਏ ਹੋ, ਤੁਹਾਡਾ ਇੱਥੇ ਬੈਠਿਆਂ ਦਾ ਸੇਕ ਲਾਲ ਕਿਲੇ ਤੱਕ ਪਹੁੰਚ ਰਿਹਾ। ਲਾਲ ਕਿਲਾ ਦਾ ਸ਼ਬਦ ਮੈਨੂੰ ਨਹੀਂ ਵਰਤਣਾ ਚਾਹੀਦਾ, ਪਾਰਲੀਮੈਂਟ ਤੱਕ ਪਹੁੰਚ ਰਿਹਾ, ਕਿਉਂਕਿ ਲਾਲ ਕਿਲਾ ਤਾਂ ਖੰਡਰ ਹੈ। ਕਈ ਵਾਰੀ ਆਪਾਂ ਐਵੇਂ ਕਹਿ ਦਿੰਦੇ ਲਾਲ ਕਿਲਾ, ਉਹ ਤਾਂ ਖੰਡਰਾ, ਉੱਥੇ ਤਾਂ ਕਬੂਤਰ ਬੈਠੇ ਆ, ਪਾਰਲੀਮੈਂਟ ਤੱਕ ਪਹੁੰਚ ਰਿਹਾ। ਇਹ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਹੈ। ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਜਿਹੜੇ ਤੁਸੀਂ ਵੀ ਨੌਜਵਾਨ ਪੀੜ੍ਹੀ ਹੈ, ਬੜੀ ਹੀ ਬਹੁਤ ਹੀ ਰਿਸਪੋਂਸੀਬਿਲਟੀ ਨਾਲ, ਜ਼ਿੰਮੇਵਾਰੀ ਨਾਲ ਆਪਣਾ ਫਰਜ਼ ਨਿਭਾ ਰਹੀ ਹੈ, ਇਹ ਉਦੋਂ ਵੀ ਵੱਡੀ ਪ੍ਰਾਪਤੀ ਹੈ। ਹੁਣ ਆ ਗਈ MSP ਸਵਾਮੀਨਾਥਨ। ਸਵਾਮੀਨਾਥਨ ਨੂੰ ਭਾਰਤ ਰਤਨ ਦਾ ਖਿਤਾਬ ਤਾਂ ਦਿੰਦੇ ਆ, ਪਰ ਬਾਪੂ ਦੀ ਗੱਲ ਨਹੀਂ ਮੰਨਦੇ, ਜਿਹੜਾ ਕਹਿੰਦਾ ਭਾਈ ਕਿਸਾਨ ਨੂੰ ਉਹਦੀ ਕੀਮਤ ਤਾਂ ਦੇ ਦਿਓ ਅਤੇ ਥੋੜ੍ਹਾ ਜਿਹਾ ਪ੍ਰੋਫਿਟ ਵੀ ਦੇ ਦਿਓ। ਕੀ ਆ ਫਾਰਮੂਲਾ? C2+50%, ਜਿਹੜਾ ਕੋਸਟ, ਪ੍ਰਾਈਸ ਕੋਸਟ ਹੈ ਉਹ ਕੱਢ ਕੇ ਉੱਤੇ 50% ਨਫਾ ਦੇ ਦਿਓ। ਅਤੇ ਹੁਣ ਕਿਸਾਨ ਸਾਰੀ ਫਸਲ ਘਾਟੇ 'ਚ ਬੀਜ ਰਿਹਾ, 1966 ਤੋਂ ਲੈ ਕੇ ਹੁਣ ਤੱਕ, ਜਦੋਂ ਦਾ ਇੱਧਰਲੇ ਉੱਤਰੀ ਭਾਰਤ 'ਚ ਗ੍ਰੀਨ ਰੈਵੋਲੂਸ਼ਨ ਲਿਆਂਦਾ PAU ਯੂਨੀਵਰਸਿਟੀ ਕਰਕੇ, ਅਤੇ ਇੰਨਾ ਚਿਰ ਘਾਟੇ ਨਾਲ ਬੰਦਾ ਸਮਾਨ ਵੇਚਦਾ ਰਹੇ ਅਤੇ ਫਿਰ ਜਿਉਂਦਾ, ਕਮਾਲ ਦੀ ਗੱਲ ਹੈ। ਅਤੇ ਦੂਜਿਆਂ ਦੀਆਂ ਗੋਗੜਾਂ ਇੰਡੀਆਂ ਵੱਧ ਗਈਆਂ ਕਿ ਉਹਨਾਂ ਦੀ ਮਿਣਤੀ ਨਹੀਂ ਆਉਂਦੀ। ਹੁਣ ਕਿਸਾਨ ਨੂੰ ਚੇਤਨਾ ਆ ਰਹੀ ਹੈ ਵੀ ਅਸੀਂ ਕਿਸੇ ਕਾਰਪੋਰੇਟ ਸੈਕਟਰ ਦੇ ਸ਼ਿਕਾਰ ਹਾਂ। ਕਾਰਪੋਰੇਟ ਸੈਕਟਰ ਅਮਰੀਕਾ 'ਚ ਹੈ, ਜਰਮਨ 'ਚ ਹੈ, ਫਰਾਂਸ 'ਚ ਹੈ, ਜਿੰਨੇ ਯੂਰਪ ਦੇ ਵੱਡੇ ਦੇਸ਼ ਨੇ ਉਹਨਾਂ 'ਚ ਕਾਰਪੋਰੇਟ ਸੈਕਟਰ ਦੇ ਵੱਡੇ ਵਪਾਰੀ ਬੈਠੇ ਨੇ, ਆਪਣੇ ਭਾਰਤ 'ਚ ਵੀ ਹੈ, ਉੱਥੇ ਵੀ ਬਹੁਤ ਵੱਡੇ ਅਰਬਾਂ ਅਤੇ ਖਰਬਾਂ ਪਤੀ ਬੈਠੇ ਨੇ। ਨੀਤੀਆਂ ਸਾਰੀਆਂ ਉਹਨਾਂ ਦੀਆਂ, ਕਿਹੜੀ ਚੀਜ਼ ਨੂੰ ਕਿਹੜੇ ਭਾਵ ਵੇਚਣਾ ਅਤੇ ਕਿਵੇਂ ਉਹਨੂੰ ਪੈਦਾ ਕਰਨਾ, ਸਾਰੀ ਇੰਡਸਟਰੀ ਉਹਨਾਂ ਦੇ ਥੱਲੇ ਆ, ਸਾਰਾ ਮੀਡੀਆ IT ਸੈੱਲ ਕਰਕੇ ਉਹਨਾਂ ਦੇ ਥੱਲੇ ਆ। ਔਰ ਕਮਾਲ ਦੀ ਗੱਲ ਹੈ ਕਿ ਹੁਣੇ ਹੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਇਲੈਕਟੋਰਲ ਬੌਂਡ, ਦੱਸਿਆ ਵੀ ਇਹਦੋਂ ਵਰਗੀ ਠੱਗੀ ਕੋਈ ਨਹੀਂ। ਜਿਹੜਾ ਪੈਸੇ ਲਾਉਂਦਾ ਉਹਦਾ ਵੀ ਪਤਾ ਹੋਣਾ ਚਾਹੀਦਾ, ਜਿਹੜਾ ਲੈਂਦਾ ਉਹਦਾ ਵੀ ਪਤਾ ਹੋਣਾ ਚਾਹੀਦਾ। ਪਰ ਸਰਕਾਰਾਂ ਨਹੀਂ ਚਾਹੁੰਦੀਆਂ ਸੀ, ਧੰਨ ਭਾਗਾ ਜਿਉਂਦੀ ਵਾਸਤੇ ਦੀ ਸੁਪਰੀਮ ਕੋਰਟ ਦੇਸ਼ ਦੀ, ਜਿਹਨੇ ਹੁਣੇ ਅੱਜ ਤੋਂ 4 ਦਿਨ ਪਹਿਲਾਂ ਫੈਸਲਾ ਦਿੱਤਾ। ਇਸ ਕਰਕੇ ਸਾਰੀ ਚੀਜ਼ ਦੇ ਦ੍ਰਿਸ਼ਟੀ ਦੇ ਵਿੱਚ ਸਾਡੇ ਦੇਸ਼ ਦੀ ਜਵਾਨੀ ਅਤੇ ਖਾਸ ਤੌਰ 'ਤੇ ਪੰਜਾਬ ਦੀ ਜਵਾਨੀ, ਜਿਹਨਾਂ ਨੂੰ ਕਹਿੰਦੇ ਜੀ ਨਸ਼ੇ ਖੁਰੇ ਆ ਜੀ, ਇਹ ਤਾਂ ਲਲਕਰੇ ਮਾਰਦੇ ਫਿਰਦੇ ਆ ਜੀ, ਇਹ ਤਾਂ ਬੱਕਰੇ ਬੁਲਾਉਂਦੇ ਫਿਰਦੇ ਆ ਜੀ, ਇਹ ਤਾਂ ਜੱਟ ਬਣੇ ਫਿਰਦੇ ਆ ਜੀ, ਇਹ ਤਾਂ ਅੱਤਵਾਦੀ ਨੇ ਜੀ, ਇਹ ਵੱਖਵਾਦੀ ਨੇ ਜੀ, ਇਹ ਆਤੰਕਵਾਦੀ ਨੇ ਜੀ, ਪਤਾ ਨਹੀਂ ਕਿਹੜੀ ਕਿਹੜੀ ਵਾਦੀ ਅਤੇ ਬਰਬਾਦੀ ਇਹਨਾਂ ਦੇ ਵਿੱਚ ਪਾਤੀ। ਇਹ ਸਾਰੇ ਸਰਕਾਰੀ ਭਾਸ਼ਾ ਦੇ ਵਿੱਚ ਗੱਲਾਂ ਨੇ, ਪਰ ਲੋਕ ਪੰਜਾਬ ਦੇ ਵੀ ਬਹੁਤ ਅਮਨ ਚੈਨ ਨਾਲ ਜਾਣਾ ਚਾਹੁੰਦੇ ਆ, ਹਰਿਆਣੇ ਦੇ ਜਾਣਾ ਚਾਹੁੰਦੇ ਆ, UP ਦੇ ਵੀ ਜਾਣਾ ਚਾਹੁੰਦੇ ਆ, ਬਿਹਾਰ ਦੇ ਜਾਣਾ ਚਾਹੁੰਦੇ ਆ, ਕਸ਼ਮੀਰ ਦੇ ਜਾਣਾ ਚਾਹੁੰਦੇ ਆ, ਕੇਰਲਾ ਦੇ ਜਾਣਾ ਚਾਹੁੰਦੇ। ਕੋਈ ਬੰਦਾ ਭਲਾ ਅਸ਼ਾਂਤੀ 'ਚ ਜਾ ਸਕਦਾ? ਸਭ ਤੋਂ ਵੱਧ ਸ਼ਾਂਤੀ ਪਸੰਦ ਲੋਕ ਦੁਨੀਆਂ ਦੇ ਆਪਣੇ ਲੋਕ ਨੇ, ਆਹ ਵੀ ਨਾਲ ਹੈ। ਯੂਰਪ ਦੇ ਲੋਕ ਸ਼ਾਂਤੀ ਪਸੰਦ ਨਹੀਂ, ਉਹਨਾਂ ਦਾ ਦੁਨੀਆਂ ਦੇ ਵਿੱਚ ਜੰਗਾਂ ਧੱਕੀਆਂ, ਆਹ ਵੀ ਵੇਖੋ। ਦੁਨੀਆਂ 'ਚ ਸਭ ਤੋਂ ਅਮੀਰ ਮੁਲਕ ਆਪਾਂ ਸੀ, ਆਪਾਂ ਤਾਂ ਕਿਸੇ ਨੂੰ ਲੁੱਟਣੇ ਨਹੀਂ ਜਾਂਦਾ ਸੀ, ਨਾ ਜੀ ਵੀ ਇੱਥੇ ਰਹੋ। ਜਿਸ ਤਰੀਕੇ ਨਾਲ ਬਾਬਾ ਜੀ ਗੱਲ ਕਰੀਏ ਤਾਂ ਹਰਿਆਣਾ ਪ੍ਰਸ਼ਾਸਨ ਗੋਲੇ ਮਾਰਦਾ, ਅਥਰੂ ਗੈਸ ਦੇ ਗੋਲੇ ਸੁੱਟਦਾ, ਫਿਰ ਛਰੇ ਵੀ ਕਈਆਂ ਦੇ ਲੱਗੇ, ਕਿਸਾਨਾਂ ਦਾ ਦਾਵਾ ਹੈ, ਲੇਕਿਨ ਫਿਰ ਵੀ ਡਟੇ ਹੋਏ ਆ। ਆਹੀ ਤਾਂ ਚੀਜ਼ ਹੈ ਨਾ, ਜਿਹੜਾ ਗੋਲੀਆਂ ਮਾਰ ਰਿਹਾ ਅੰਦਰੋਂ ਉਹ ਵੀ ਡਰ ਰਿਹਾ ਵੀ ਮੈਂ ਗਲਤ ਹਾਂ, ਜਿਹੜੇ 'ਤੇ ਗੋਲੀ ਵੱਜ ਰਹੀ ਹੈ ਅੰਦਰੋਂ ਮਜ਼ਬੂਤ ਆ, ਉਹਨੂੰ ਪਤਾ ਕਿ ਮੈਂ ਠੀਕ ਹਾਂ, ਇਹ ਵੀ ਯਾਦ ਰੱਖਿਓ।
ਫਿਰ ਪ੍ਰਬੰਧ ਕਰ ਰਹੇ ਆ, ਕਦੀ ਲਾਈਟਾਂ ਲਗਾ ਰਹੇ ਆ, ਕਦੀ ਜਿਸ ਤਰੀਕੇ ਨਾਲ ਬੈਰੀਕੇਟਿੰਗ ਹੋਰ ਵਧਾ ਰਹੇ ਆ, ਪਿੱਛੇ ਫੋਰਸਸ ਵਧਾ ਰਹੀ ਆ, ਫੋਰਸਸ ਪੂਰਾ, ਕਿਉਂਕਿ ਹਰਿਆਣਾ ਸਰਕਾਰ ਨੂੰ ਕੰਮ ਕੀ ਹੈ, ਸਰਕਾਰਾਂ ਨੂੰ ਕੀ ਕੰਮ ਹੈ, ਇਹ ਕਾਰਪੋਰੇਟ ਸੈਕਟਰ ਦੀਆਂ ਦਲਾਲ ਨੇ, ਉਹਨਾਂ ਦੇ ਪੈਸੇ ਨਾਲ ਹੀ ਚੁਣੀਆਂ ਜਾਂਦੀਆਂ। ਵੋਟ ਦਾ ਤੁਹਾਡਾ ਇੱਕ ਪਰਚੀ ਹੈ, ਉਹ ਤਾਂ ਮਾਸੂਮ ਲੋਕ ਜਿਹੜੇ ਹੁੰਦੇ ਨਾ ਵੋਟਰ, ਮਾਸੂਮ ਵੋਟਰ ਜਿਹੜੇ ਬਹੁਤੇ ਲੋਕ ਅਨਪੜ੍ਹ ਹੁੰਦੇ ਨੇ, ਸਲੰਮ 'ਚ ਰਹਿੰਦੇ ਨੇ, ਉਹਨਾਂ ਨੂੰ 2 ਨੰਬਰ ਦੀ ਸ਼ਰਾਬ ਪਿਆ ਕੇ, 2-4 ਦਿਨ ਉਹਨਾਂ ਨੂੰ ਰੋਟੀ ਖਵਾ ਕੇ, ਕੋਈ ਨਾ ਇੱਕ ਦਿਨ ਨੂੰ ਧੋਤੀ ਸਾੜੀ ਵੀ ਦੇ ਦਿੰਦੇ ਆ, ਕੱਪੜੇ ਵੀ ਵੰਡ ਦਿੰਦੇ ਆ, ਉਹ ਵੋਟ ਲੈ ਜਾਂਦੇ ਨੇ। ਗਰੀਬ ਦੀ ਅਤੇ ਸਲੰਮ ਦੇ ਰਹਿਣ ਵਾਲੇ ਬੰਦੇ ਦੀਆਂ 85% ਵੋਟਾਂ ਪੈਂਦੀਆਂ, ਅਤੇ ਜਿਹੜੇ ਬੰਦੇ ਪੜ੍ਹੇ ਲਿਖੇ ਨੇ ਉਹਨਾਂ ਦੀਆਂ 35% ਪੈਂਦੀਆਂ, ਅਤੇ 85% ਵੋਟਾਂ ਦਾ ਵੱਡਾ ਸ਼ੇਅਰ ਇਹ ਲੈ ਜਾਂਦੇ, ਕਿਉਂਕਿ ਸਾਰੀ ਇਹ ਠੱਗੀ ਮਾਰਦੇ ਆ। ਇਸ ਕਰਕੇ ਇਹ ਲੋਕਾਂ ਨੂੰ ਵੋਟਾਂ ਲੈਣ ਵੇਲੇ ਵੀ ਧੋਖਾ ਦਿੰਦੇ ਆ, ਵੋਟਾਂ ਖਰੀਦਣ ਵੇਲੇ ਵੀ ਧੋਖਾ ਦਿੰਦੇ ਆ, ਮਗਰੋਂ ਰਾਜ ਕਰਨ ਵੇਲੇ ਤਾਂ ਧੋਖਾ ਦੇਣਾ ਹੀ ਦੇਣਾ। ਇਸ ਕਰਕੇ ਜਿੰਨਾ ਮਰਜ਼ੀ ਇਹ ਆਪਣੀਆਂ ਫੌਜਾਂ ਤਿਆਰ ਕਰ ਲੈਣ, ਮਰਜ਼ੀ ਆਪਣੀਆਂ ਫੋਰਸਿਸ ਤਿਆਰ ਕਰ ਲੈਣ, ਜਿੰਨੀ ਮਰਜ਼ੀ ਆਪਣੀ ਵਰਦੀਧਾਰੀ ਜੋ ਵੀ ਇਹਨਾਂ ਕੋਲ ਅਖੌਤੀ ਅਨੁਸ਼ਾਸਨੀ ਫੋਰਸ ਹੈ, ਪਰ ਲੋਕ ਵਿਰੋਧ ਨਹੀਂ ਚੱਲਣਾ। ਫਰਾਂਸ ਦੇ ਵਿੱਚ ਵੀ ਕ੍ਰਾਂਤੀ ਹੋਈ ਸੀ, ਰਾਜਾ ਨਹੀਂ ਥਾਇਆ ਸੀ, ਰੂਸ ਵੀ ਕ੍ਰਾਂਤੀ ਹੋਈ ਸੀ, ਰਾਜਾ ਨਹੀਂ ਥਾਇਆ ਸੀ, ਕੌਣ ਸੀ, ਜਾਰ ਬਾਦਸ਼ਾਹ, ਠੀਕ ਹੈ। ਹੁਣ ਤੁਹਾਡੇ ਪੰਜਾਬ ਦੀ ਕ੍ਰਾਂਤੀ, ਹਿੰਦੁਸਤਾਨ ਦੀ ਵੀ ਕ੍ਰਾਂਤੀ ਆਉਣੀ ਹੈ, ਭਾਵਾਂ ਅਸੀਂ ਇਹਨੂੰ ਕਿਸਾਨੀ ਦੇ ਮੁੱਢ ਤੋਂ ਸ਼ੁਰੂ ਕਰਦੇ ਹਾਂ। ਇਹ ਕ੍ਰਾਂਤੀ ਮੂਹਰੇ ਵੱਡੇ ਵੱਡੇ ਖੱਬੀ ਖਾਨ ਥਿਆਉਣੇ ਨਹੀਂ, ਸਿਰਫ ਤੁਸੀਂ ਸ਼ਾਂਤ ਰਹਿਣਾ, ਸ਼ਾਂਤ। ਇਹਦੇ ਵਿੱਚ ਮੇਰਾ ਸਵਾਲ ਹੈ ਵੀ ਜਿਸ ਤਰੀਕੇ ਨਾਲ ਲੋਕ ਕਹਿੰਦੇ ਆ ਵੀ ਇਕੱਲੇ ਕਿਸਾਨ ਆਪਣੀਆਂ ਮੰਗਾਂ ਦੇ ਲਈ ਸੰਘਰਸ਼ ਕਰਦੇ, ਰੋਜ਼ ਦੁਨੀਆਂ ਨੂੰ ਪਰੇਸ਼ਾਨ ਕਰਦੇ, ਤਾਂ ਜਦੋਂ MSP ਗਰੰਟੀ ਕਾਨੂੰਨ ਬਣ ਜੂਗਾ, ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋ ਜੂਗੀ, ਤਾਂ ਆਮ ਜਿਹੜੀ ਜਨਤਾ ਹੈ, ਆਮ ਲੋਕ ਨੇ, ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਵੇਗਾ? ਤੁਸੀਂ ਵਿਦਵਾਨ ਹੋ ਇੱਕ ਤਰ੍ਹਾਂ, ਉਹ ਤੇਲ ਨਾ ਕਿਤਾ, ਬਿਲਕੁਲ ਇਹ ਬੇਤਾ ਤੁਹਾਡਾ ਬਹੁਤ ਹੀ ਵਧੀਆ ਆਰਥਿਕਤਾ ਦਾ ਸਵਾਲ ਹੈ। ਜਦੋਂ ਪੁੱਤ ਜਿਹੜਾ ਬੰਦਾ ਕਿਸਾਨ ਆਪਣੀ ਜਿਣਸ ਪੈਦਾ ਕਰਦਾ, ਅਤੇ ਜੇ ਉਹਨੂੰ ਆਪਣੀ ਜਿਣਸ ਦਾ ਮੁੱਲ ਮਿਲ ਜਾਵੇ, ਉਹ ਕਦੇ ਪੈਸਾ ਨਾ ਸੰਦੂਕ 'ਚ ਪਾ ਕੇ ਨਹੀਂ ਰੱਖਦਾ। ਕਿਸਾਨ ਪੈਸਾ ਖਰਚਦਾ ਖਰਚਦਾ, ਵਿਆਹਾਂ ਸ਼ਾਦੀਆਂ 'ਤੇ, ਮਰਨੇ 'ਤੇ, ਬਿਮਾਰੀਆਂ 'ਤੇ, ਸਮਾਗਮਾਂ 'ਤੇ ਖਰਚਦਾ ਨਾ। ਇਸ ਕਰਕੇ ਜਿੰਨਾ ਉਹਦੀ ਜੇਬ 'ਚ ਪੈਸਾ ਆਊਗਾ, ਉਹਦੀ ਮੁੱਲ ਦਾ, ਫਸਲ ਦੇ ਮੁੱਲ ਦਾ, ਉਹਨਾਂ ਉਹਨੇ ਵੱਧ ਬਾਜ਼ਾਰ ਦੇ ਵਿੱਚ ਪੈਸਾ ਦੇ ਦੇਣਾ। ਜਿੰਨਾ ਬਾਜ਼ਾਰ 'ਚ ਪੈਸਾ ਉਤਰਦਾ, ਬਾਜ਼ਾਰ ਵੱਡਾ ਹੁੰਦਾ, ਵਪਾਰ ਵੱਡਾ ਹੁੰਦਾ, ਕਾਰੋਬਾਰ ਵੱਡਾ ਹੁੰਦਾ। ਜੇ ਤੁਹਾਡੇ ਕੋਲ ਮੰਨ ਲਓ ਕਿਸਾਨ ਨੰਗ ਹੋ ਗਿਆ, ਤਾਂ ਫਿਰ ਉਹਦਾ ਬਾਜ਼ਾਰ ਕਿਵੇਂ ਚੜੂਗਾ? ਤਾਂ ਕਰੋਨਾ ਸੀ, ਸਾਰੀ ਇੰਡਸਟਰੀ 25% ਘਾਟਾ ਖਾਂਦਾ, ਪਰ ਖੇਤੀਬਾੜੀ ਨੇ 5% ਨਫਾ ਦਿੱਤਾ। ਉਹ ਕਾਰਪੋਰੇਟ ਸੈਕਟਰ ਕਹਿੰਦੇ ਵੀ ਆਹ ਨਫੇ ਵਾਲਾ ਜਿਹੜਾ ਸੈਕਟਰ ਵੀ ਸਾਡੇ ਥੱਲੇ ਆ ਜਾਏ, ਕਿਉਂਕਿ ਰੋਟੀ ਤਾਂ ਆਪਾਂ ਸਾਰਿਆਂ ਨੇ ਖਾਣੀ ਆ, ਕੱਪੜੇ ਤੋਂ ਬਗੈਰ ਵੀ ਕੋਈ ਦਿਨ ਸਾਰ ਲਾਂਗੇ, ਜੋੜੇ ਤੋਂ ਬਗੈਰ ਵੀ ਸਾਰ ਲਾਂਗੇ, ਭੁੱਖ ਤਾਂ ਫਰੀਦਾ ਮੌਤੋਂ ਭੁੱਖ ਭਰੀ ਬੁਰੀ, ਰਾਤੀ ਸੁੱਤੇ ਖਾ ਕੇ ਤੜਕੇ ਆਣ ਖੜੀ। ਇਸ ਕਰਕੇ ਅੰਨ ਤਾਂ 24 ਘੰਟੇ ਚੱਲੂ, ਅਤੇ 800 ਕਰੋੜ ਲੋਕਾਂ ਦਾ ਅੰਨ ਹੈ, ਰੋਟੀ ਸਭ ਨੂੰ ਹੈ, ਉਹਦੇ ਵਿੱਚੋਂ ਪ੍ਰੋਫਿਟ ਵੱਡਾ। ਉਹ ਪ੍ਰੋਫਿਟ 'ਤੇ ਕਬਜ਼ਾ ਕੌਣ ਕਰਦਾ? ਕਾਰਪੋਰੇਟ ਸੈਕਟਰ। ਕਾਰਪੋਰੇਟ ਸੈਕਟਰ ਦੀ ਅੱਗੇ ਦਲਾਲ ਕੌਣ ਹੈ? ਸਰਕਾਰ। ਸਰਕਾਰਾਂ ਨਾਲ ਇਹ ਕਹਿੰਦੀਆਂ ਵੀ ਜਦੋਂ MSP ਲਾਗੂ ਹੋ ਜਾਂਦੀ ਹੈ, ਗਰੰਟੀ ਕਾਨੂੰਨ ਬਣ ਜੂਗਾ, ਤਾਂ ਉਹਦਾ ਬਜਟ ਵੱਧ ਜਾਣਾ ਕੇਂਦਰ ਸਰਕਾਰ ਦਾ ਬਹੁਤ ਜ਼ਿਆਦਾ। ਨਹੀਂ, ਬਜਟ ਧੰਦ ਪਾਗਾ, ਬਜਟ ਵਧੇ। ਜੇ ਆਖਦੇ ਕੇਂਦਰ ਸਰਕਾਰ ਦਾ ਬਜਟ 0 ਹੋ ਜੇ, ਫਿਰ ਆਖਦੇ ਤੁਹਾਡੇ ਕੋਲ ਕੀ ਪ੍ਰਾਪਤੀ ਹੋਵੇ? ਨਾਲ ਵਿੱਤੀ ਬੋਝ ਵੀ ਵੱਧ ਜੂਗਾ ਨਾ, ਕਹਿੰਦਾ ਆਪਦੇ ਲੋਕਾਂ 'ਤੇ ਪੈਸਾ ਲਾਉਣਾ, ਠੀਕ ਹੈ, ਲੋਕਾਂ 'ਤੇ ਪੈਸਾ ਲਾਉਣਾ, ਵਿੱਤੀ ਬੋਝ ਨਹੀਂ। ਬਾਦ ਬਕਵਾਸ ਮਾਰਦੇ ਨੇ ਇਹ, ਇਹਨਾਂ ਦਾ ਕੋਈ ਵੀ ਅਰਥਸ਼ਾਸਤਰੀ ਲੈ ਆਓ, ਕੋਈ ਵੀ ਸਵਾਮੀਨਾਥਨ ਦੀ ਕਿਤਾਬ ਵਿੱਚ ਧਰ ਲਓ, MSP ਦਾ ਫਾਰਮੂਲਾ ਅੱਗੇ ਸਾਹਮਣੇ ਧਰ ਲਓ, ਦੱਸ ਦਿਆਂਗੇ ਵੀ ਜਿਹੜਾ ਬਚਤ ਵਧੂ। ਤੁਸੀਂ ਇਹ ਦੱਸੋ ਵੀ 14 ਲੱਖ ਕਰੋੜ ਤੋਂ ਵੱਧ ਰੁਪਈਆ, 14 ਲੱਖ ਕਰੋੜ ਤੋਂ ਵੱਧ ਰੁਪਈਆ ਇਹਨਾਂ ਨੇ ਕੀ ਕੀਤਾ? ਫੇਰਿਆ ਕਰੇ ਉੱਤੋਂ ਦੀ ਝੁਰਲੂ ਹੈਂ। ਅਤੇ ਕਿਸਾਨ ਨੂੰ ਪਿਛਲੇ 75 ਸਾਲ 'ਚ ਸਿਰਫ 84,000 ਕਰੋੜ ਰੁਪਈਆ, ਕਿਸਾਨ ਨੂੰ 75 ਸਾਲਾਂ 'ਚ 84,000 ਕਰੋੜ, ਪੰਜਾਬ ਦੇ ਹਿੱਸੇ 'ਚ ਆਇਆ 846 ਕਰੋੜ, ਅਤੇ ਇਹਨਾਂ ਦਾ ਬਜਟ ਹਾਲਦਾ ਜਦੋਂ 14 ਲੱਖ ਕਰੋੜ ਵੱਧ ਜਾ, ਉਦੋਂ ਇਹਨਾਂ ਦਾ ਬਜਟ ਵੱਧ ਗਿਆ ਸੀ। ਸਵਾਲ ਕਰਿਓ। ਹੋਰ ਜਿਸ ਤਰੀਕੇ ਨਾਲ ਹੁਣ ਕਿਸਾਨਾਂ ਨਾਲ ਮੁੱਦੇ 'ਤੇ ਗੱਲ ਹੋਈ, ਅਖੀਰੀ ਸਵਾਲ ਹੈ ਵੀ ਤੁਹਾਡੀ ਜਿਹੜੀ ਵਿੱਦਿਆ, MA ਕੀਤੀਆਂ ਹੋਈਆਂ ਤੁਸੀਂ, ਇੱਕ ਵਾਰ ਕੈਮਰੇ 'ਤੇ ਜ਼ਰੂਰ ਦੱਸਿਆ ਵੀ ਕਿੰਨੀ MA ਕੀਤੀਆਂ ਹੋਈਆਂ। ਹਾਲੇ ਹੈ ਵੀ ਮੈਂ ਤਾਂ ਪੇਂਡੂ ਬੰਦਾ ਸੀ, ਆਪਣੇ ਘਰ ਵਿੱਦਿਆ ਨਹੀਂ ਸੀ। ਬਾਬਾ ਕਹਿੰਦਾ ਪੁੱਤ ਪੜ੍ਹੋ, ਪੜ੍ਹਨ ਲੱਗ ਗਏ। ਮੈਨੂੰ ਉਹਨੇ MA ਕਰਨ ਤੱਕ
खेत नहीं जान दिता। अदा ना पुत खेत अं सारा दिन ही जाने चल अदा स्कूल च, स्कूल च बग गए चंडीगढ़ चल गया। 1300 रुपया आढ़ती तो फट के मैं चंडीगढ़ पढ़न जाना, मेरे अजे तक याद है जमीना के मालिक होइए तो जिदे पढ़न जाना वो तो पैसा आढ़ती है। हूँ मैं जिद ना पढ़िया मैं कहीं तो जवानी नहीं मंगी, बंदा हो जिस तरीके तमाम मुद्दों पर गलबात हुई। और मुख मुद्दा हैगा किसानों का भी MSP है और स्वामीनाथन रिपोर्ट है और सीधे तौर के उपर जो केंद्र एजेंसियां ने या फिर जिस तरीके कहें कि जेकर MSP लागू होंगी है तो आर्थिक बोझ जोड़ा वो केंद्र का वधेगा क्योंकि MSP देनी पैनी है, MSP की गरंटी जो होगी फिर। और उस तरीके हूँ स्वामीनाथन की रिपोर्ट है तो मीटिंगा का दौर लगातार जारी है, चौथे गेट की मीटिंग बीते दिन ही हो चुकी है, हूँ 2 दिन का समा दस्या चर्चावान लिए, चर्चा निकल के की सामने आता 21 तरीक का भी जोड़ा फैसला अटल है कि दिल्ली कूच करना है और दिल्ली जाके जी फतेह वो हासिल करनी है तो की कुछ निकल के आता है। महज कुछ घंटे बचे है, 19 तरीक का दिन भी लंघ चुका, हूँ 20 तरीक का दिन रह गया और 21 तरीक की सवेर में 11 बजे का लाइन है कि दिल्ली जाना है। कैमरा परसन सुमित मनजोत कंग, दैनिक सवेरा TV, शंभू बैरियर।